ਬੇਚਿੰਤ ਕੌਰ ਦੀ ਪੁਸਤਕ ਮੁਕਲਾਵੇ ਵਾਲੀ ਰਾਤ ਦੀਆਂ ਕਹਾਣੀਆਂ ਕੀ ਦੇ ਤਾ ਵੇੜੇ ਰਾਜਾ ਨਿੰਬੂ ਅਜੀ ਨਿੰਬੂ ਜੀ ਕੀ ਦੇ ਤਾ ਵੇੜੇ ਚੰਬਾ ਖੇਡ ਰਿਹਾ ਪਹਿਲੀ ਕਹਾਣੀ ਮੁਕਲਾਵੇ ਵਾਲੀ ਰਾਤ ਜਿਸ ਦਿਨ ਫੂਲਾਂ ਜਵਾਨ ਹੋਈ ਸੀ ਉਸ ਦਿਨ ਉਹਦੀਆਂ ਸਹੇਲੀਆਂ ਨੇ ਉਹਨੂੰ ਲਗਾਤਾਰ ਸ਼ਰਾਰਤਾਂ ਕਰਦਿਆਂ ਤਿੰਨ ਵਾਰੀ ਕੋਡੀ ਹੋਣ ਲਈ ਮਜਬੂਰ ਕੀਤਾ ਸੀ ਹੁਣ ਤਾਂ ਫੁੱਲਾਂ ਦੇ ਨਾਲ ਦੀਆਂ ਬਾਕੀ ਸਹੇਲੀਆਂ ਨੂੰ ਵੀ ਇਸ ਸ਼ਰਾਰਤ ਪਿੱਛੇ ਛੁਪੇ ਭੇਦ ਦਾ ਪਤਾ ਲੱਗ ਗਿਆ ਸੀ। ਫੁੱਲਾਂ ਜਿੱਥੇ ਆਪਣੀਆਂ ਸਹੇਲੀਆਂ ਦੀ ਇਸ ਮਸ਼ਕਰੀ ਤੋਂ ਖਿਜ ਰਹੀ ਸੀ, ਉੱਥੇ ਮਨ ਹੀ ਮਨ ਖੁਸ਼ੀ ਵੀ ਸੀ ਕਿ ਉਹ ਆਪਣੀਆਂ ਜਵਾਨ ਹੋ ਚੁੱਕੀਆਂ ਸਹੇਲੀਆਂ ਦੀ ਟਾਣੀ ਚਾਰ ਰਹੀ ਸੀ। ਫਿਰ ਕਿੰਨਾ ਚਿਰ ਨਰਮੀ ਦੀਆਂ ਦੁੱਧ ਚਿੱਟੀਆਂ ਫੁੱਟੀਆਂ ਚੁਗਦੀਆਂ, ਉਹ ਸਾਰੀਆਂ ਨਾ ਭੇਦ ਭਰੀਆਂ ਗੱਲਾਂ 'ਚ ਖੁਬੀਆਂ, ਪਤਾ ਨਹੀਂ ਕੀ ਕੀ ਉਗਦੀਆਂ ਪਤਾਲ ਮਾਰਦੀਆਂ ਰਹੀਆਂ। ਗੱਲਾਂ ਹੀ ਗੱਲਾਂ 'ਚ ਇੱਕ ਦੂਜੀ ਨਾਲ ਛੇੜਖਾਨੀ ਵੀ ਕਰਦੀਆਂ। ਪਰ ਫੂਲਾ ਨੂੰ ਇਹ ਛੇੜਖਾਨੀ ਭੋਰਾ ਪਸੰਦ ਨਹੀਂ ਸੀ ਤੇ ਉਹ ਕਬਰਾ ਕੇ ਬੋਲ ਉੱਠੀ ਚਲੋ ਨਹੀਂ ਭਰਾ ਲੁੱਚੀਆਂ ਨਾ ਹੋਣ ਕਿਤੋਂ ਦੀਆਂ ਸ਼ਰਮ ਹੀ ਆ ਨਹੀਂ ਆਉਂਦੀ ਤੁਹਾਨੂੰ ਭੋਰਾ ਨਰਮਨ ਚੋਗਣਾਈਆਂ ਜਾਂ ਇੱਥੇ ਕਿਸੇ ਦਾ ਮੁਖਲਾਵਾ ਧਰਿਆ ਫੂਲਾ ਨੇ ਸਾਰਿਆਂ ਨੂੰ ਵਿੱਚੋਂ ਹੀ ਛਿੜ ਗਿਆ ਉਹਦੀਆਂ ਦਾਦੀਆਂ ਬੇਬਿਆਂ ਵਾਲੀ ਛਿੜਕੀ ਸੁਣ ਕੇ ਸਾਰੀਆਂ ਮੁਸਕੜੀਆਂ ਹੱਸੀਆਂ ਤੇ ਬੀਬੂ ਨੇ ਹੌਕਾ ਜਿਹਾ ਪਰਦੇਆਂ ਲੋਕੀਂ ਦਾ ਇੱਕ ਟੱਪਾ ਗਾਇਆ ਭੈਣ ਭਾਈ ਨਿਤ ਮਿਲਦੇ ਮੋੜ ਮਿਲਨਾ ਸਖੀਆਂ ਸਹਿਲੀਆਂ ਨੀ ਬੀਬੋ ਐਨੀ ਇੱਠੀ ਗੱਲ ਹੋ ਰਹੀ ਸੀ ਕੁਰਤੀ ਤੇ ਗਰਾਰੇ ਦੀ ਇਹ ਸਖੀਆਂ ਦਾ ਵਿਛੋੜਾ ਤੈਨੂੰ ਕਿੱਥੋਂ ਯਾਦ ਆ ਗਿਆ ਇਸ ਵੇਲੇ ਮੋੜਿਆਂ ਕੋਲੋਂ ਕੁਰਤੀ ਪਾਟ ਗਈ ਗੋਡਿਆਂ ਕੋਲੋਂ ਗਰਾਰਾ ਲੌਂਗ ਕਢਾ ਦੂੰਗਾ ਲਾਲ ਬੁਰਜੀਆਂ ਵਾਲਾ ਧੰਦੀ ਚੂੜੀ ਦੀ ਮੁਖਤਿਆਰੋਂ ਨੇ ਸੁੱਕੀ ਮਿੱਟੀ ਉੱਤੇ ਅੱਡੀ ਮਾਰਦਿਆਂ ਵਿੱਚੋਂ ਹੀ ਬੋਲੀ ਪਾਈ ਪਰ ਮੁਕਲਾਵੀ ਫੇਰਿਓ ਆਈ ਬੀਬੋ ਨੂੰ ਇਹਨਾਂ ਸਖੀਆਂ ਤੋਂ ਵਿਛੜਨ ਦਾ ਜਿਵੇਂ ਡਾਢਾ ਦੁੱਖ ਸੀ ਬੀਬੂ ਨੂੰ ਉਹਦੇ ਮਾਪਿਆਂ ਨੇ 15ਵਾਂ ਵਾਰਾਂ ਲੱਗਦੀ ਵਿਆਹ ਦਿੱਤਾ ਤੇ ਨਾਲ ਹੀ ਨਾਲ ਉਹ ਮੁਕਲਾਵੇ ਵੀ ਤੋੜ ਦਿੱਤੀ ਗਈ ਸੀ। ਹੁਣ ਬੀਬੂ ਮੁਕਲਾਵੇੋਂ ਮੁੜ ਕੇ ਆਪਣੇ ਪੇਕੇ ਪਿੰਡ ਆਈ ਸੀ ਤੇ ਅੱਜ ਨਰਮਾ ਚੁਗਣ ਦੇ ਪੱਜ ਆਪਣੀਆਂ ਸਹੇਲੀਆਂ ਨੂੰ ਮਿਲਣ ਲਈ ਲੰਬੜਦਾਰ ਦੇ ਖੇਤ ਫੁੱਲਾਂ ਦੇ ਨਾਲ ਆਈ ਸੀ। ਬੀਬੂ ਦੀਆਂ ਸਹੇਲੀਆਂ ਉਹਦੇ ਸਹੁਰਿਆਂ ਬਾਰੇ ਬੀਬੂ ਕੋਲੋਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਪੁੱਛ-ਪੁੱਛ ਹੱਸਦੀਆਂ ਦੂਰੀਆਂ ਹੁੰਦੀਆਂ ਜਾ ਰਹੀਆਂ ਸਨ। ਦਿਉਰਾਂ ਜੇਠਾਂ ਦੀਆਂ ਗੱਲਾਂ, ਸੱਸ ਸਹੁਰੇ ਦੀਆਂ ਗੱਲਾਂ ਦਰਾਣੀ ਜਠਾਣੀ ਦੀਆਂ ਗੱਲਾਂ, ਕੱਪੜਿਆਂ ਗਹਿਣਿਆਂ ਦੀਆਂ ਗੱਲਾਂ ਤੇ ਖਾਸ ਕਰਕੇ ਉਹਦੇ ਪਰੌਣੇ ਤੇ ਮੁਕਲਾਵੇ ਵਾਲੀ ਰਾਤ ਦੀਆਂ ਗੱਲਾਂ। ਕੋਈ ਕੁਝ ਪੁੱਛਦੀ ਕੋਈ ਕੁਝ ਪਰ ਫੁੱਲਾਂ ਸਿਰਫ ਸੁਣਦੀ ਜਾ ਰਹੀ ਸੀ। ਉਹ ਬੀਬੋ ਕੋਲੋਂ ਮੁਕਲਾਵੇ ਵਾਲੀ ਰਾਤ ਬਾਰੇ ਸਾਰੀ ਗੱਲ ਇਕੱਲਿਆਂ ਬੈਠ ਕੇ ਇਤਮinaan ਨਾਲ ਸੁਣਨਾ ਚਾਹੁੰਦੀ ਸੀ। ਬੀਬੋ ਫੁੱਲਾਂ ਦੀ ਪੱਕੀ ਸਹੇਲੀ ਸੀ। ਸੋ ਇਓਂ ਮਿਰਗਾਂ ਦੇ ਝੁੰਡ ਵਾਂਗੂ ਕਲੋਲ ਕਰਦੀਆਂ ਤੁਹਾਨੂੰ ਆਪਣੇ ਚੁਗੇ ਨਰਮੇ ਦਾ ਦਸਵਾਂ ਹਿੱਸਾ ਆਪਣੀ ਆਪਣੀ ਝੋਲੀ ਪਵਾ। ਕਰਾਂ ਨੂੰ ਮੋੜ ਆਈਆਂ ਬੀਬੋ ਤੇ ਫੂਲਾਂ ਦੇ ਘਰ ਨਾਲੋਂ ਨਾਲੇ ਇੱਕ ਗਲੀ 'ਚ ਸਨ ਘਰ ਪਹੁੰਚਦਿਆਂ ਹੀ ਉੱਪਰ ਕੋਠੇ ਦੇ ਬਨੇਰੇ ਉੱਤੇ ਜਿਉਂ ਚੜ੍ਹ ਕੇ ਬੈਠੀਆਂ ਕਿ ਮੂੰਹ ਨੇਰਾ ਹੋਣ ਤੱਕ ਉਹਨਾਂ ਦੀਆਂ ਗੱਲਾਂ ਹੀ ਨਮਕੀਆਂ ਬੀਬੋ ਦੀ ਬੇਬੇ ਕਈ ਵਾਰ ਬੀਬੋ ਨੂੰ ਢੇਠਾ ਆਉਣ ਲਈ ਹਾਕਾਂ ਮਾਰ ਚੁੱਕੀ ਸੀ ਪਰ ਫੂਲਾਂ ਸੀ ਕਿ ਬੀਬੋ ਤੋਂ ਮੁਕਲਾਵੇ ਦੀ ਸਾਰੀ ਕਹਾਣੀ ਸੁਣ ਕੇ ਵੀ ਅਜੇ ਇਹੀ ਪੁੱਛੀ ਜਾ ਰਹੀ ਸੀ ਅੱਗੋਂ ਕੀ ਹੋਇਆ ਬੀਬੋ ਮੁਕਲਾਵੇ ਵਾਲੀ ਰਾਤ ਬਾਰੇ ਪੂਰਾ ਪੂਰਾ ਗੱਲ ਫੂਲਾਂ ਨੂੰ ਸੁਣਾ ਚੁੱਕੀ ਸੀ ਪਰ ਫੂਲਾਂ ਦੀ ਉਤਸੁਕਤਾ ਅਜੇ ਵੀ ਸਿਰਵੇਂ ਹਾਲਜ ਬੈਠੇ ਉਸ ਦਰਸ਼ਕ ਵਰਗੀ ਸੀ ਜੋ ਸਾਰੀ ਫਿਲਮ ਦੇ ਮੁੱਖ ਜਾਣ ਪਛਾਣ ਵਿੱਚ ਉੱਥੇ ਹੀ ਬੈਠਾ ਹੋਵੇ ਨੀ ਕੁੜੀਓ ਅੱਜ ਤੁਸੀਂ ਵੀ ਉਤਰਨਾ ਹੈ ਕਿ ਉੱਤੇ ਚੜ ਕੇ ਬੈਠੀਆਂ ਰਹਿਣਾ ਹੈ ਰਾਤ ਭਰ ਬੀਬੋ ਦੀ ਬੇਬੇ ਦੀ ਹਾਕ ਵਿੱਚ ਹੁਣ ਗੁੱਸੇ ਤੇ ਪਿਆਰ ਦੇ ਰਲਵੇਂ ਅਹਿਸਾਸ ਹਨ ਚੱਲ ਨਾ ਫੂਲਾਂ ਉਤਰ ਹੁਣ ਬੇਬੇ ਕਦੋਂ ਦੀ ਆਵਾਜ਼ਾਂ ਮਾਰ ਰਹੀ ਹੈ ਏ ਕਹਿੰਦਿਆਂ ਬੀਬੋ ਨੇ ਇੱਕ ਨਜ਼ਰ ਫੁੱਲਾਂ ਦੇ ਚਿਹਰੇ ਉੱਤੇ ਮਾਰੀ ਉਹ ਜਿਵੇਂ ਕਿਸੇ ਅਜਬ ਜਿਹੇ ਖੁਮਾਰਚ ਡੁੱਬੀ ਹੋਈ ਸੀ 니 ਹੁਣ ਬਸ ਕਰ ਫੁੱਲਾਂ ਆ ਵੀ ਜਾ ਟਿਕਾਣੇ ਸਿਰ 니 ਨਾਲੇ ਰੰਦਾ ਖੁੰਦਾ ਹੁਣ ਤੂੰ ਆਪ ਵੀ ਨੇ ਰੇਛ ਹੱਥ ਮਾਰ ਕੇ ਦੇਖ ਲਈ ਹੁਣ ਤਾਂ ਤੇਰੇ ਵਿਆਹ ਦੀ ਤਾਰੀਖ ਵੀ ਹੋ ਗਈ ਪੱਕੀ ਨਾਲੇ ਚਾਚੀ ਬੇਬੇ ਨੂੰ ਦੱਸ ਰਹੀ ਸੀ ਵੀ ਮੁਕਲਾਵਾ ਵੀ ਨਾਲੋਂ ਨਾਲ ਹੀ ਤੋਰ ਦੇਣਗੇ ਤੇਰਾ ਬੀਬੋ ਦੀ ਗੱਲ ਸੁਣ ਕੇ ਫੁੱਲਾਂ ਦੇ ਮੂੰਹ ਤੇ ਮੂੰਹ ਦਾ ਰੰਗ ਖਿੜ ਕੇ ਸੰਧੂਰੀ ਅੰਬ ਵਰਗਾ ਹੋ ਗਿਆ ਸੀ ਉਬਲੰਤ ਮੁਸਕੜੀਆਂ ਹੱਸੀ ਤੇ ਬੀਬੋ ਨੇ ਉਹਦੀਆਂ ਅੱਖਾਂ 'ਚ ਝਾਕਦੇ ਮਸ਼ਕਰੀ ਜਿਹੇ ਨਾਲ ਫੁੱਲਾਂ ਨੂੰ ਪੁੱਛਿਆ ਨਹੀਂ ਤਾਂ ਦੱਸਿਆ ਹੀ ਨਹੀਂ ਤੇਰਾ ਉਹ ਲੱਗਦਾ ਕਰਦਾ ਕੀ ਹੈ ਉਹ ਸ਼ਬਦ ਸੁਣਦਿਆਂ ਹੀ ਫੁੱਲਾਂ ਦੇ ਮੂੰਹ ਦਾ ਸੰਦੂਰੀ ਰੰਗ ਹੋਰ ਗਾੜਾ ਹੋ ਗਿਆ ਤੇ ਉਹ ਦੋਵੇਂ ਖਿੜਖੜਾ ਕੇ ਹੱਸਦੀਆਂ ਕੋਠੇ ਦੀ ਕੱਚੀ ਕੰਧ ਨਾਲ ਲੱਗੀ ਲੱਕੜ ਦੀ ਪੌੜੀ ਤੋਂ ਹੇਠਾਂ ਉਤਰਾਈਆਂ ਆਉਂਦੇ ਵਿਸਾਖ ਦੀ 5ਵੀਂ ਨੂੰ ਫੁੱਲਾਂ ਦੀ ਜੰਝਾ ਟੁਕੀ ਸੀ ਮਜਬੀਆਂ ਦੀ ਪੱਤੀ ਤਾਂ ਕੀ ਪਿੰਡ ਦੇ ਪੱਕੇ ਦਰਵਾਜ਼ੇ ਤੱਕ ਲਾਊਡ ਸਪੀਕਰ ਉਤੇ ਫਿਲਮੀ ਗਾਣਿਆਂ ਦੇ ਬੋਲ ਗੂੰਜ ਉਠੇ ਸਨ ਬੜੀ ਧੂਮ ਧਾਮ ਨਾਲ ਫੁੱਲਾਂ ਦਾ ਕਾਜ ਰਚਾਇਆ ਗਿਆ ਸੀ ਇੱਕ ਵਾਰੀ ਤਾਂ ਮਜਬੀਆਂ ਦੀ ਪੂਰੀ ਬਸਤੀ 'ਚ ਫੁੱਲਾਂ ਦੇ ਪਿਓ ਨੇ ਬੈਜਾ ਬੈਜਾ ਘਰਾ ਵਿਖਾਈ ਸੀ ਫੁੱਲਾਂ ਦਾ ਪਿਓ ਪਿੰਡ ਦੇ ਵੱਡੇ ਸਰਦਾਰ ਦਾ ਸਿਰੀ ਸੀ ਉੱਥੋਂ ਫੁੱਲਾਂ ਦੇ ਨਾਨਕੇ ਵੀ ਅੱچھے ਖਾਂਦੇ ਪੀਂਦੇ ਬੰਦੇ ਸਨ ਅੱਧੇ ਤੋਂ ਬਹੁਤਾ ਦਾਜ ਦੇ ਹੀ ਤਾਂ ਫੁੱਲਾਂ ਲਈ ਉਹਦੇ ਨਾਨਕੇ ਹੀ ਬਣਾ ਕੇ ਲਿਆਏ ਸਨ ਨਾ ਕਨੂਨਾਥ ਮੱਥੇ ਨੂੰ ਟਿੱਕਾ ਪ੍ਰਾਣੇ ਦੀ ਛਾਪ ਫੁੱਲਾਂ ਲਈ ਸੱਤ ਤਿਉਹਰ ਤੇ ਪ੍ਰਾਣੇ ਲਈ ਗਰਮ ਸੂਟ ਆਪਣੀ ਧੀ ਦਵਾਰਕੀ ਦੇ ਸਾਰੇ ਸ਼ਰੀਕੇ ਲਈ ਇੱਕ ਤਿਉਹਰ ਲੈ ਕੇ ਆਈਆਂ ਸਨ ਫੁੱਲਾਂ ਦੀਆਂ ਮਾਮੀਆਂ ਨਾਨੀ ਨੇ ਅੱਡ ਚਾਰ ਬਿਸਤਰੇ ਬਣਾ ਕੇ ਲਿਆਂਦੇ ਸਨ ਆਪਣੀ ਲਾਡਲੀ ਦੋਤੀ ਲਈ ਦਸੂਤੀ ਦੀਆਂ ਦੋ ਚਿੱਟੀਆਂ ਕਢਾਈ ਕੀਤੀਆਂ ਛੱਦਰਾਂ ਉਹਨਾਂ ਦੇ ਨਾਲ ਦੇ ਕਢਾਈ ਕੀਤੇ ਹੋਏ ਦੂਸਰਾ ਨੇ ਬਾਂਦਰਵਾਲ ਪੱਖੀਆਂ ਕਰੋਸ਼ੀਏ ਨਾਲ ਬਣਿਆ ਚਿੱਟਾ ਫੁੱਮਣ ਲਾ ਕੇ ਬਣਾਇਆ ਮੀਜ਼ਪੋਸ਼ ਤੇ ਕਿੰਨਾ ਹੀ ਕੁਝ ਹੋਰ ਲਿਆਂਦਾ ਸੀ ਨਾਨਕੀ ਛੱਕ ਵਿੱਚ ਨਾਨਕਿਆ ਨੇ ਉਹਦੇ ਤਿੰਨੇ ਮਾਮੇ ਫੌਜ 'ਚ ਭਰਤੀ ਸੰ ਤੇ ਚੌਥੇ ਨੇ ਸ਼ਹਿਰ ਜਾ ਖੁਦ ਮੁਖਤਿਆਰ ਹੋ ਕੇ ਬੂਟਾਂ ਦੀ ਆਪਣੀ ਚੰਗੀ ਦੁਕਾਨ ਚਲਾ ਰੱਖੀ ਸੀ ਨਾਲੇ ਫੂਲਾਂ ਦੀ ਛੋਟੀ मामੀ ਪਿਆਰੀ ਤੇ ਸੁੱਚਜੀ ਬਣੀ ਸੀ ਇਸ ਲਈ ਸਾਰਾ ਕੱਪੜਾ ਲੀੜਾ ਦਰੀਆਂ ਚ ਤਈਆਂ ਸਭ ਆਪਣੇ ਹੱਥੀ ਬਣਾ ਕੇ ਲਿਆਏ ਸੀ ਰੰਗ-ਬਰੰਗੀਆਂ ਸਿਤਾਰੇ ਪੰਨੇ ਜੜ ਕੇ ਬਣੀਆਂ ਪੱਖੀਆਂ ਮੰਝਿਆਂ ਉੱਤੇ ਦਿਖਾਵੇ ਚ ਪਈਆਂ ਲਿਸ਼ਲਿਸ਼ ਲਿਸ਼ਕਾ ਮਾਰ ਰਹੀਆਂ ਸਨ ਦਿਖਾਵਾ ਦੇਖਦਿਆਂ ਮੇਲਣਾ ਤੇ ਹੋਰ ਮਸਬੀ ਪੱਤੀ ਦੀਆਂ ਤੀਵੀਆਂ ਇੱਕ-ਇੱਕ ਚੀਜ਼ ਨੂੰ ਨੀਜ ਲਾਲਾ ਦੇਖ ਰਹੀਆਂ ਸਨ ਪਰ ਫੁੱਲਾਂ ਨੂੰ ਨਾਨਕੀ ਛੱਕ ਚ ਲਿਆਂਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਜੋ ਸਭ ਤੋਂ ਪਿਆਰੀਆਂ ਚੀਜ਼ਾਂ ਲੱਗੀਆਂ ਉਹ ਸਾਨੂੰ ਦੇ ਪ੍ਰਾਣੇ ਰੁੱਲਦੂ ਲਈ ਸੋਨੇ ਦੀ ਛਾਪ ਤੇ ਉਹਦੀ ਛੋਟੀ ਮਾਮੀ ਦੀਆਂ ਬਣਾਈਆਂ ਚਿੱਟੀਆਂ ਝਲਰਾਂ ਵਾਲੀਆਂ ਚਿੱਟੇ ਜੋਮ પાਕੇ ਕਰੋਸ਼ੀ ਨਾਲ ਬੁਣੀਆਂ ਰੰਗ-ਬਰੰਗੇ ਪੰਨਿਆਂ ਨਾਲ ਝੜ ਕੇ ਬਣਾਈਆਂ ਪੱਕੀਆਂ ਇਹਨਾਂ ਭਾਂਤ-ਭਾਂਦੇ ਰੰਗਾਂ ਦੀਆਂ ਪੱਖੀਆਂ ਤੇ ਦਸੂਤੀ ਦੀਆਂ ਕੱਡੀਆਂ ਚਾਦਰਾਂ ਦੇਖ ਫੁੱਲਾਂ ਦਾ ਧਿਆਨ ਸੁੱਤੇ ਸਿੱਧ ਰੁਲਦੂ ਦੇ ਉਸ ਚਾਰੇ ਚ ਚਲਾ ਗਿਆ ਜੋ ਉਹਨੇ ਦੇਖਿਆ ਨਹੀਂ ਸੀ ਸਿਰਫ ਆਪਣੀ ਵਿਚੋਲਣ ਸਿਆਮੀ ਦੇ ਮੂੰਹ ਬਾਰ-ਬਾਰ ਮਸਬੀਆਂ ਦੀ ਪੱਤੀ ਦੇ ਬਾਰ-ਬਾਰ ਤੋਬੇਵਾਲ ਬਣੇ ਇਸ ਚੁਬਾਰੇ ਦਾ ਜ਼ਿਕਰ ਹੀ ਸੁਣਿਆ ਸੀ ਜਿਸ ਚ ਰੁਲਦੂ ਦੇ ਯਾਰ ਬੇਲੀਆਂ ਚ ਕਦੇ-ਕਦਾਈਂ ਲੰਬੜਦਾਰ ਦਾ ਪੁੱਤ ਸ਼ੇਰੂ ਇਸ ਤੋਂ ਬਾਰੇ ਦੀ ਰੌਣਕ ਵਧਾਉਂਦਾ ਹੁੰਦਾ ਸੀ। ਰੁਲਦੂ ਨੂੰ ਲੱਗਦਾ ਜਿਵੇਂ ਸ਼ੇਰੂ ਉਹਨੂੰ ਆਪਣਾ ਆੜ ਹੀ ਬਹੁਤਾ ਤੇ ਸਿਰੀ ਘਟ ਮੰਨਦਾ ਸੀ ਪਰ ਰੁਲਦੂ ਇਸ ਗੱਲ ਤੇ ਕਦੇ ਵੀ ਬੇਖਬਰ ਨਹੀਂ ਸੀ ਹੋਇਆ ਕਿ ਉਹ ਲੰਬੜਦਾਰ ਦਾ ਸਿਰੀ ਪਹਿਲਾ ਹੈ, ਬਾਕੀ ਕੁਝ ਪਿੱਛੋਂ। ਰੁਲਦੂ ਰਾਤ ਰਾਤ ਪਰ ਲੰਬੜਾਂ ਦੇ ਖੂਹ ਤੇ ਕਮਾਦੀ ਰੱਖੀ ਸੌਂਦਾ। ਸਿਆਲੇ ਹੁਨਾਲੇ ਉਹਨੇ ਕਦੇ ਵੀ ਆਪਣੇ ਕੰਮ 'ਚ ਕੋਈ ਅਣਗਹਿਲੀ ਨਹੀਂ ਕੀਤੀ। ਲੰਬੜਦਾਰੋ ਦੀ ਦਿਾਨਤਦਾਰੀ ਨਾਲ ਕੀਤੀ ਇਸ ਮਿਹਨਤ ਦਾ ਸਾਲ ਪਿੱਛੋਂ ਪੂਰਾ 1000 ਰੁਪਇਆ ਤੇ ਹਾੜੀ ਸੋਣੀ ਦੋ-ਦੋ ਮਣ ਪੱਕੇ ਦਾਣੇ ਦਿੰਦਾ ਜੋ ਉਹ ਬਾਕੀਆਂ ਸੀਰੀਆਂ ਨੂੰ ਦਿੰਦਾ ਸੀ ਪਰ ਲੰਬੜਦਾਰ ਨਹੀਂ ਲੰਬੜਦਾਰ ਤੋਂ ਅਲੱਗ ਦਾ ਰੁਲਦੂ ਦੀ ਮਾਂ ਨੂੰ ਪਸ਼ੂਆਂ ਲਈ ਬਚਿਆ ਖੁਜਿਆ ਦਾਣਾ ਫੱਕਾ ਖਲਬੜੇ ਵਿੱਚ ਤੂੜੀ ਛੜੀ ਆਦ ਚੁਕਵਾਉਂਦੀ ਰਹਿੰਦੀ ਰੁਲਦੂ ਦੀ ਬੇਬੇ ਤੰਨੀ ਲੰਬੜਦਾਰਨੀ ਦੇ ਹਸਾਨ ਦੇ ਬਦਲੇ ਲੰਬੜਦਾਰਾਂ ਦੇ ਪਸ਼ੂਆਂ ਵਾਲੇ ਤਬੇਲੇ ਦਾ ਸੰਭਰ ਸੋਹਰ ਕਰਦੀ ਡੰਗਰ ਵੱਛਿਆਂ ਲਈ ਸੰਨੀ ਰਲੌਂਦੀ ਤੇ ਜਾਂਦੀ ਹੋਈ ਸਾਰਾ ਗੋਹਾ ਕੂੜਾ ਕਰਕੇ ਪੱਕੇ ਤਵੇਲੇ ਦੀ ਏਟ ਟਿੱਟ ਚਮਕਾ ਕੇ ਘਰ ਨੂੰ ਮੁੜਦੀ ਸੀ। ਸ਼ੇਰੂ ਵੀ ਰੁਲਦੂ ਨੂੰ ਆਪਣਾ ਕੋਈ ਨਾ ਕੋਈ ਉਤਾਰ ਦਿੰਦਾ ਰਹਿੰਦਾ। ਕਦੇ ਕੱਪੜੇ, ਕਦੇ ਪੁਰਾਣੇ ਬੂਟਾਂ ਦਾ ਜੋੜਾ, ਕਦੇ ਮਾੜੀ-ਮੋਟੀ ਕੱਸੀ ਹੋਈ ਆਪਣੀ ਜ਼ਰੀ ਦੀ ਕੱਢੀ ਜੁੱਤੀ ਰੁਲਦੂ ਨੂੰ ਦੇ ਦਿੰਦਾ। ਰੁਲਦੂ ਦੇ ਪੈਰਾਂ ਨੂੰ ਇਹ ਜੋੜੇ ਉਹਦੇ ਮੁਝ ਫੁੱਟ ਜਵਾਨ ਹੋ ਤੂੰ ਮਗਰੋਂ ਹੀ ਜੁੜੇ ਸਨ। ਨਹੀਂ ਤਾਂ ਉਹਦੇ ਸਾਰੇ ਭੈਣ ਭਾਈ ਤੇ ਉਹਦਾ ਬਾਪੂ ਹੁਣ ਤੱਕ ਫਟੇ ਛਤਰੀ ਲਟਕਾਉਂਦੇ ਫਿਰੇ ਸਨ। ਜਾਂ ਫੇ ਨੰਗੇ ਪੈਰੀਂ ਤੁਰਨਾ ਉਹਨਾਂ ਦੀ ਆਦਤ ਜੀ ਬਣ ਗਈ ਸੀ। ਜ਼ਮੀਨਾਂ ਉੱਤੇ ਸ਼ੇਰੂ ਘਟਵਾਦੀ ਫੇਰਾ ਪਾਉਂਦਾ ਸੀ। ਇਹ ਸਾਰੇ ਕੰਮਾਂ ਲਈ ਲੰਬੜਦਾਰ ਕੋਲ ਬਥੇਰੇ ਕੰਮੇ ਸਨ। ਸ਼ੇਰੂ ਨੂੰ ਬਸ ਦੋ ਹੀ ਗੱਲਾਂ ਦਾ ਸ਼ੌਕ ਸੀ। ਹਿਰਨਾਂ ਦੀਆਂ ਡਾਰਾਂ ਉੱਤੇ ਠਾ ਠਾ ਦਨਾਲੀ ਗਲ ਨਾਲ ਗੋਲੀਆਂ ਵਾਰਾਉਣੀਆਂ ਤੇ ਫਿਰ ਘਰ ਲਿਆ ਕੇ ਉਹਨਾਂ ਦਾ ਆਚਾਰ ਪਵਾ ਕੇ ਖਾਣਾ। ਕਈ ਵਾਰੀ ਉਹ ਨੀਲੇ ਅੰਬਰ ਵਿੱਚ ਉੱਡਦੀਆਂ ਖੁੱਗੀਆਂ ਤੇ ਗੁਟਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਕੇ ਖੁਸ਼ ਹੁੰਦਾ ਤੇ ਸ਼ਿਕਾਰ ਵੇਲੇ ਸ਼ੇਰੂ ਰੁਲਦੂ ਨੂੰ ਸਦਾ ਆਪਣੇ ਪਿੱਛੇ ਪਿੱਛੇ ਤੁਰਨ ਲਈ ਕਹਿੰਦਾ ਦੂਜਾ ਸ਼ੌਕ ਸੀ ਉਹਦਾ ਰੋਜ਼ ਆਥਣੇ ਰੁਲਦੂ ਨੂੰ ਕੋਲ ਬਿਠਾ ਕੇ ਅੰਗਰੇਜ਼ੀ ਸ਼ਰਾਬ ਪੀਣਾ ਪਹਿਲਾਂ 2-3 ਪੈਗ ਲਗਾਤਾਰ ਆਪ ਪੀਂਦਾ ਫਿਰ ਜ਼ਬਰਦਸਤੀ ਰੁਲਦੂ ਨੂੰ ਪੀਣ ਲਈ ਮਜਬੂਰ ਕਰਦਾ ਰੁਲਦੂ ਸ਼ੇਰੂ ਦੇ ਪੈਰਾਂ ਕੋਲ ਬੈਠਣ ਵਾਲਾ ਸੀਰੀ ਹਮੇਸ਼ਾ ਗੁਸਤਾਖੀ ਕਰਦਾ ਜਿਵੇਂ ਕੰਬ ਕੇ ਰਹਿ ਜਾਂਦਾ ਪਰ ਇੱਕ ਘੜੀ ਘੁੱਟ ਪੀਣ ਲਈ ਸ਼ੇਰੂ ਉਹਨੂੰ ਬੇਬਸ ਕਰ ਦਿੰਦਾ ਪੀ ਰੂਲਦੂ ਪੀ ਪਲਾਂ ਕੱਲਾ ਕੋਈ ਪੀ ਸਕਦਾ ਸਵਾਦ ਨਾਲ ਫਿਰ ਤੂੰ ਤਾਂ ਨਿਹਰਾ ਸਿਰੀ ਨਹੀਂ ਮੇਰਾ ਬੇਲੀ ਵੀ ਹੈ ਯਾਰ ਇਉਂ ਕਦੇ-ਕਦੇ ਸ਼ੇਰੂ ਰੂਲਦੂ ਦੇ ਚਾਰੇ ਚੀ ਬੋਤਲ ਚੁੱਕ ਲਿਆਉਂਦਾ ਰੂਲਦੂ ਸ਼ੇਰੂ ਨੂੰ ਆਪਣੇ ਵੱਡੇ ਵੀਰੇ ਵਾਂਗ ਜਾਣਦਾ ਸੀ ਅੱਜ ਰੂਲਦੂ ਮਜਬੀ ਦੀ ਜੰਜ ਵਿੱਚ ਲੰਬੜਦਾਰ ਦਾ ਪੁੱਤ ਸ਼ੇਰੂ ਵੀ ਆਇਆ ਸੀ ਉਹਨੇ ਬਰਾਤ ਦੇ ਪਿੰਡ ਵੱਡਦੀਆਂ ਹੀ ਆਪਣੀ ਦੁਨਾਲੀ ਚੋਂ ਹਵਾ 'ਚ ਦੋ ਫਾਇਰ ਕੀਤੇ ਫਿਰ ਅੱਡੇ ਤੋਂ ਵੱਧ ਪਿੰਡ ਫੂਲਾਂ ਦੀ ਜੰਦ ਦੇਖਣ ਲਈ ਇਕੱਠਾ ਹੋਇਆ ਸੀ ਲੰਬੜਾਂ ਦਾ ਪੁੱਤ ਮਜਬੀਆ ਦੀ ਬਰਾਤ ਵਿੱਚ ਕਈ ਲੋਕ ਜਿਵੇਂ ਮੂੰਹ 'ਚ ਉਂਗਲਾਂ ਪਾਈ ਖੜੇ ਸ਼ੇਰੂ ਵੱਲ ਦੇਖ ਰਹੇ ਸਨ ਫੂਲਾਂ ਦੇ ਮਾਮੇ ਤੇ ਫੂਲਾਂ ਦੇ ਸਾਰੇ ਭੈਣ ਭਾਈ ਬੇहद ਖੁਸ਼ ਸਨ ਫੂਲਾਂ ਦੀ ਬਰਾਤ ਵਾਜੀਆਂ ਗਾਜੀਆਂ ਨਾਲ ਢੁਕੀ ਸੀ ਰਾਤ ਦੀ ਰੋਟੀ 'ਚ ਤੰਦੂਰੀ ਮੁਰਗਿਆਂ ਤੋਂ ਇਲਾਵਾ ਸੂਰ ਦਾ ਮਾਸ ਵੀ ਰਜੇਆ ਸੀ ਪਰ ਸ਼ੇਰੂ ਨੇ ਬਰਾਤ ਨਾਲ ਬਹਿ ਕੇ ਰੋਟੀ ਨਹੀਂ ਸਿੱਖਾਦੀ ਰੋਟੀ ਖਾਣ ਲਈ ਫੂਲਾ ਦੇ ਪਿਓ ਨੇ ਸ਼ੇਰੂ ਦੇ ਮੋਹਰੇ ਬੜੀ ਨਿਮਰਤਾ ਨਾਲ ਹੱਥ ਵੀ ਜੋੜੇ ਸਨ ਫੂਲਾ ਦੇ ਮਾਮੇ ਨੇ ਵੀ ਬਥੇਰਾ ਗਿਆ ਸਰਦਾਰ ਜੀ ਰੋਟੀ ਜ਼ਰੂਰ ਖਾ ਕੇ ਜਾਓ ਅਸੀਂ ਤਾਂ ਸਦਾ ਥੋੜਾ ਦਿੱਤਾ ਹੀ ਖਾਂਦੇ ਆ ਸ਼ੇਰੂ ਨੇ ਰੁਲਦੂ ਦੀ ਜੇਬ ਚ ਵਿੱਚ ਅੰਗਰੇਜ਼ੀ ਸ਼ਰਾਬ ਦਾ ਦੀਆਂ ਕੱਢਿਆ ਤੇ ਬਿਠਾ ਤੇ ਬਿਨਾ ਹੇਲ ਹੁੱਜਤ ਦੇ ਥਾਂ ਦੀ ਥਾਂ ਖੜਾ ਹੀ ਪੀ ਗਿਆ ਤੇ ਫਿਰ ਉਹ ਇਕੱਲਾ ਹੀ ਆਪਣੀ ਜੀਪ ਨੂੰ ਵਾਹ ਉਹ ਦਾਈ ਭਜਾਉਂਦਾ ਆਪਣੇ ਪਿੰਡ ਡੇਲੇ ਹਾਲ ਪਰਤ ਆਇਆ ਸੀ ਬਰਾਤ ਚਾਇ ਲੰਬੜਾਂ ਦੇ ਮੁੰਡੇ ਨੂੰ ਦੇਖ ਫੂਲਾਂ ਦੇ ਪਿਓ ਦੀ ਜਿਵੇਂ ਅੱਡੀ ਧਰਤੀ ਤੇ ਨਹੀਂ ਸਿੱਟਗੀ ਰੋਟੀ ਉਹਨੇ ਨਹੀਂ ਖਾਧੀ ਨਾਸੀ ਪਰ ਦੋ ਮੂੰਹੀ ਵਿੱਚੋਂ ਠਾ ਠਾ ਫਾਇਰ ਕਰਕੇ ਇੱਕ ਵਾਰੀ ਦਾ ਸਾਰੇ ਪਿੰਡ ਨੂੰ ਜਿਤਾਦਤਾ ਸੀ ਕਿ ਕਾਮੇ ਤੇ ਸੀਰੀ ਵੀ ਜੱਟਾਂ ਦੇ ਪੁੱਤਾਂ ਵਰਗੇ ਬੰਦੇ ਹੀ ਹੁੰਦੇ ਐ ਫੂਲਾਂ ਨੇ ਜਦੋਂ ਰੁਲਦੂ ਦੇ ਯਾਰ ਸ਼ੇਰੂ ਬਾਰੇ ਸਾਰੀ ਗੱਲ ਸੁਣੀ ਤਾਂ ਜਿਵੇਂ ਖੁਸ਼ੀ ਚੋਂ ਦਾ ਪੁੰਝੇ ਪਾਬੀ ਨਾ ਟਿਕੇ ਮਨੀ ਮਾਨੋ ਬਿੰਦ ਚਰੂਲਦੂ ਦੇ ਨਾਲ ਨਾਲ ਲੰਬੜਾ ਦੀ ਹਵੇਲੀ ਦੇ ਸਾਰੇ ਜੀਆਂ ਬਾਰੇ ਸੋਚ ਗਈ ਜਿਨ੍ਹਾਂ ਬਾਰੇ ਸਿਆਮੀ ਵਿਚੋਲਣ ਨੇ ਸਮੇਂ-ਸਮੇਂ ਫੁੱਲਾਂ ਨੂੰ ਤੇ ਉਹਦੇ ਘਰਦਿਆਂ ਨੂੰ ਦੱਸਿਆ ਸੀ ਲੰਬੜਾ ਨੇ ਰੂਲਦੂ ਨੂੰ ਮਜਬੀਆਂ ਦੀ ਪੱਤੀ ਤੋੜਾਂ ਕਰਕੇ ਟੋਪੀ ਦੇ ਕੋਲ ਪੱਕਾ ਚੁਬਾਰਾ ਪੌਂਚ ਬੜੀ ਮਦਦ ਕੀਤੀ ਸੀ ਪੱਕਾ ਚੁਬਾਰਾ ਰੂਲਦੂ ਉਹਦਾ ਮੁਸਕੜੀਆਂ ਹੱਸਦਾ ਚਿਹਰਾ ਤੇ ਮੁਸਕੀ ਜੇ ਰੰਗ ਜੋ ਫੂਲਾ ਨੇ ਇੱਕ ਵਾਰ ਮੜ ਜੈ ਬਸਾਖੀ ਵਾਲੇ ਦਿਨ ਬਹਾਦਰਗੜ੍ਹ ਪਰਦੇ ਮੇਲੇ ਤੇ ਦੇਖਿਆ ਸੀ ਮੂੰਜ ਪਾਂਚ ਬੋਂਦਾ ਆਪਣੀ ਪੱਤੀ ਦੇ ਕਈ ਯਾਰਾਂ ਬੇਲੀਆਂ ਨਾਲ ਬਸਾਖੀ ਦਾ ਮੇਲਾ ਵੇਖਣ ਆਇਆ ਸੀ ਇਸੇ ਮੇਲੇ ਤੇ ਸਿਆਮੂ ਨੇ ਫੂਲਾ ਨੂੰ ਦੂਰੋਂ ਹੀ ਸਹਨਤ ਮਾਰ ਕੇ ਸੁਨੱਖੇ ਜੇ ਨੈਣਾ ਨਕਸ਼ਾ ਵਾਲਾ ਰੁੱਲਦੂ ਦਿਖਾਇਆ ਸੀ ਤੇ ਅੱਜ ਪਹਿਲਾਂ ਬਰਾਤ ਦੇ ਟਕਾਓ ਵੇਲੇ ਤੇ ਦੂਜੀ ਵਾਰੀ ਫੇਰਿਆਂ ਤੋਂ ਉੱਠਣ ਪਿੱਛੋਂ ਤੇ ਫਿਰ ਖੱਟ ਉੱਤੇ ਬੈਠਣ ਸਮੇਂ ਪੂਰੇ ਤਿੰਨ ਵਾਰੀ ਫੂਲਾਂ ਦੀਆਂ ਸੱਲੀਆਂ ਨੇ ਬੂਹੀ ਪਿੱਛੋਂ ਲੁੱਕ-ਲੁੱਕ ਕੇ ਫੂਲਾਂ ਨੂੰ ਉਹਦਾ ਪੁਰਾਣਾ ਦਿਖਾਇਆ ਸੀ। ਕੋਟ-ਕੋਟ ਕੇ ਬੰਨੀ ਚੁੰਜਦਾਰ ਨਾਬੇ ਸ਼ਾਹੀ ਉਹਦੀ ਪੱਗ। ਰੇਸ਼ਮੀ ਕੁੜਤੇ ਉੱਤੇ ਲੱਗੇ ਸੋਨੇ ਦੇ ਬਟਨ। ਹੱਥ ਵਿੱਚ ਸੁਨਹਿਰੀ ਮੋਠੋ ਵਾਲੀ ਤਲਵਾਰ। ਫੇਰਿਆਂ ਤੋਂ ਉੱਠਣ ਪਿੱਛੋਂ ਜਦੋਂ ਆਪਣੀਆਂ ਸਾਲੀਆਂ ਤੇ ਹੋਰ ਮਿਲਣਾ ਨੂੰ ਛੰਦ ਸੁਣਾ ਰਿਹਾ ਸੀ। ਤਾਂ ਜਵੇਂ ਅੰਦਰ ਕੋਠੜੀ 'ਚ ਬੈਠੀ ਫੂਲਾਂ ਦਾ ਚੇਤਾ ਮੁਹਾਰੇ ਘੈ ਉੱਠਿਆ ਸੀ। ਭੈੜਿਆ ਕੋਈ ਗੱਲ ਮੇਰੇ ਬਾਰੇ ਵੀ ਕਰ। ਪਰ ਰੂਲਦੂ ਤਾਂ ਸਾਲੀਆਂ 12 ਤਾਲੀਆਂ ਨੂੰ ਸੱਸ ਪਰਬਤੀ ਬਾਰੇ ਹੀ ਛੰਦ ਸੁਣਾਈ ਜਾ ਰਿਹਾ ਸੀ ਜਿਵੇਂ ਜਿਵੇਂ ਬਰਾਤ ਚੜ੍ਹਨ ਤੋਂ ਪਹਿਲਾਂ ਉਹਨੂੰ ਮੁੰਡਿਆਂ ਨੇ ਸਮਝਾਇਆ ਸੀ ਬਰਾਤ ਦੀ ਵਧਾਈਗੀ ਤੋਂ ਪਹਿਲਾਂ ਬਰਾਤ ਘਰ 'ਚ ਜੀ ਭਰ ਕੇ ਮਰਾਸੀਆਂ ਦੀ ਟਿਚਕਰ ਬਾਜੀ ਚੱਲੀ ਕੁੜਮਾਂ ਜੋਰੂਆਂ ਪ੍ਰਤੀ ਭਾਂਤ ਭਾਂਦੇ ਸਾਂਗ ਉਤਾਰੇ ਗਏ ਫਿਰ ਪਤਾ ਨਹੀਂ ਕਿੱਥੋਂ ਛੱਜੂ ਲੰਗੜਾ ਦੋ ਕੰਜਰੀਆਂ ਨੂੰ ਸੱਦ ਲਿਆ ਆਇਆ ਸੀ ਬਸ ਫਿਰ ਕੀ ਸੀ ਇਹਨਾਂ ਕੰਜਰੀਆਂ ਦਾ ਨਾਚ ਵੇਖ ਵੇਖ ਕੇ ਉਹਨਾਂ ਦੇ ਮੂੰਹੋਂ ਭੰਤ ਭੰਦੇ ਲੁੱਚੇ ਜੇ ਗੀਤ ਸੁਣ ਸੁਣ ਸਾਰੇ ਬਰਾਤੀ ਖੁਸ਼ੀ ਦੇ ਮਾਰੇ ਹੱਸ-ਹੱਸ ਦੂਰੇ ਹੁੰਦੇ ਜਾ ਰਹੇ ਸੀ। ਬਸ ਇੱਕ ਕਮੀ ਸੀ ਤਾਂ दारू ਦੀ ਜਿਸ ਲਈ ਫੂਲਾਂ ਦੇ ਸੌਰੇ ਨੇ ਬਰਾਚ ਸਖਤ ਮਨਾਹੀ ਕੀਤੀ ਹੋਈ ਸੀ। ਫੂਲਾਂ ਦੀ ਵਿਦਾਇਗੀ ਹੋਈ ਤਾਂ ਹਰ ਇੱਕ ਬਰਾਤੀ ਨੂੰ ਪਿੰਡ ਦੇ ਵੱਡੇ ਸਰਦਾਰ ਵੱਲੋਂ ਇੱਕ-ਇੱਕ ਕੰਗਣੀ ਵਾਲਾ ਪਿੱਤਲ ਦਾ ਗਲਾਸ ਦਿੱਤਾ ਗਿਆ। ਦੋਹਾਂ ਪਿੰਡਾਂ ਵਿੱਚ ਫੂਲਾਂ ਦੇ ਵਿਆਹ ਦੀ ਵਾਹਵਾ ਹੋ ਰਹੀ ਸੀ। ਡੇਲੀ ਹਾਲਚ ਮਜਬੀਆਂ ਦੀ ਪੱਤੀ ਵਿੱਚ ਇੰਨੀ ਧੂਮ ਧਾਮ ਨਾਲ ਪਹਿਲਾਂ ਕਦੇ ਕਿਸੇ ਦਾ ਵਿਆਹ ਨਹੀਂ ਹੋਇਆ ਸੀ। ਬਰਾਤ ਦੇ ਘਰ ਪਹੁੰਚਦੇ ਹੀ ਮੁੰਡਿਆਂ ਖੁੰਡਿਆਂ ਦੇ ਰੁਲਦੂ ਤੇ ਮਾਪਿਆਂ ਨੇ ਛੱਜੂ ਲੰਗੜੇ ਦੀ ਬੈਠਕ 'ਚ ਘਰ ਦੀ ਕੱਢੀ ਸ਼ਰਾਬ ਦੀ ਘੜਿਆਂ ਤੋਂ ਛੱਪਨ ਚੁੱਕ ਦਿੱਤੇ ਕਿਉਂਕਿ ਹੁਣ ਉਹਨਾਂ ਨੇ ਉਹਨਾਂ ਨੂੰ ਮਸਾ ਮਸਾ ਮੌਕਾ ਮਿਲਿਆ ਸੀ ਪੀਣ ਦਾ। ਬਰਾਤ 'ਚ ਤਾਂ ਰੁਲਦੂ ਦੇ ਪਿਓ ਨੇ ਕਿਸੇ ਨੂੰ ਘੁੱਟ ਵੀ ਮੂੰਹ ਨੂੰ ਲਾਉਣ ਨਹੀਂ ਦਿੱਤੀ ਸੀ। ਰਾਤ ਦੇ 11 ਵੱਜ ਚੁੱਕੇ ਸੀ। ਹੇਠਲੀ ਬੈਠਕ ਤੇ ਮੇਲ ਵਿੱਚ ਆਏ ਜਵਾਈ ਭਾਈ ਤੇ ਹੋਰ ਰੁਲਦੂ ਦੇ ਆੜੀ ਬੇਲੀ ਰੁਲਦੂ ਦੇ ਵਿਆਹ ਦਾ ਜੀ ਪਰਕੇ ਜਸ਼ਨ ਮਨਾ ਰਹੇ ਸੀ ਦਲਾਨ ਚ ਤੀਵੀਆਂ ਆਪਣਾ ਰੋਲਾ ਰੱਪਾ ਪਾ ਰਹੀਆਂ ਸੀ ਰੁਲਦੂ ਵੀ ਅਜੇ ਤੱਕ ਸ਼ਰਾਪੀਆਂ ਦੀ ਢਾਣੀ ਚ ਫਸਿਆ ਬੈਠਾ ਸੀ ਪਰ ਦੂਜੇ ਪਾਸੇ ਰੁਲਦੂ ਦੀ ਪਰਜਾਈ ਬੰਤੀ ਵਿਚੋਲਣ ਸਿਆਮਕੁਰ ਤੇ ਸ਼ਰੀਕੇ ਚੋਂ ਲਗਦੀਆਂ ਫੁੱਲਾਂ ਦੀਆਂ ਦੋ ਤਿੰਨ ਦਰਾਣੀਆਂ ਜਠਾਣੀਆਂ ਫੁੱਲਾਂ ਨੂੰ ਪੱਤੀ ਤੋਂ ਬਾਹਰ ਟੋਬੇ ਕੰਡੇ ਬਣੇ ਰੁਲਦੂ ਦੇ ਪੱਕੇ ਚਬਾਰੇ ਚ ਲੈ ਆਈਆਂ ਸਨ ਫੂਲਾਂ ਦੇ ਮੁਕਲਾਵੇ ਦੀ ਇਹ ਰਸਮ ਵਿਆਹ ਤੋਂ ਭਾਵੇਂ ਦੂਜੇ ਫੇਰੇ ਨੂੰ ਹੋਣੀ ਸੀ ਪਰ ਅਗਲੇ ਦਿਨ ਮੰਗਲਵਾਰ ਪੈਂਦਾ ਹੋਣ ਕਰਕੇ ਦੋਵਾਂ ਧਿਰਾਂ ਨੂੰ ਇੱਕੋ ਰਾਏ ਜੱਝੀ ਸੀ ਕਿ ਪਹਿਲਾ ਫੇਰਾ ਪਿੰਡ ਦੇ ਗੁਰਦੁਆਰੇ ਪਾ ਲਿਆ ਜਾਵੇ ਘਰਦਿਆਂ ਦੇ ਇਸ ਫੈਸਲੇ ਉੱਤੇ ਰੁੱਲਦੂ ਬੇहद ਖੁਸ਼ ਹੋਇਆ ਤੇ ਗੁਰਦੁਆਰਿਆਂ ਮੱਥਾ ਟੇਕ ਕੇ ਮੁੜਦੇ ਨੇ ਮੁਸਕੜੀਆਂ ਹੱਸਦਿਆਂ ਫੂਲਾਂ ਨੂੰ ਗੋਟੇ ਵਾਲੀ ਚੁੰਨੀ ਤੇ ਖੁੰਡ ਚੋਂ ਸਹਿਨਤ ਮਾਰੀ ਤੇ ਫੂਲਾਂ ਆਪ ਮੁਹਾਰੀ ਖੁੰਡੇ ਚ ਦੱਬੇ ਬੁੱਲੇ ਮੁਸਕੜੀਆਂ ਹੱਸ ਪਈ ਸੀ ਰੁਲਦੂ ਦੀ ਇਸ ਸ਼ਰਾਰਤ ਨਾਲ ਫੂਲਾਂ ਦੇ ਮਨ ਨੂੰ ਇੱਕ ਅਜਬ ਜਿਹਾ ਅਹਿਸਾਸ ਹੋਇਆ ਤੇ ਇਹਦੇ ਨਾਲ ਹੀ ਰੁਲਦੂ ਦੇ ਮਿਲਾਪ ਲਈ ਉਹਦੇ ਦਿਲ ਵਿੱਚ ਉਲਾਸ ਭਰੀ ਇੱਕ ਚੀਜ਼ ਜੀ ਉੱਠੀ ਜਿਹਦੇ ਨਾਲ ਉਹ ਸਿਰ ਤੋਂ ਪੈਰਾਂ ਤੱਕ ਇੱਕੋ ਵਾਰੀ ਲਰਜ਼ਾ ਜਾਏਗੀ ਰਾਤ ਦੇ 12 ਵੱਜ ਚੁੱਕੇ ਸਨ ਆਕਾਸ਼ ਚਮਕਦੇ ਤਿੰਨ ਤਾਰਿਆਂ ਦੀ ਖੇਤੀ ਫੂਲਾਂ ਦੇ ਪੱਕੇ ਚੁਬਾਰੇ ਉਤੇ ਲਿਸ਼ਲਿਸ਼ ਕਰ ਰਹੀ ਸੀ ਉਧਰ ਛੱਜੂ ਦੀ ਬੈਠਕ ਵਿੱਚ ਸ਼ਰਾਬੀ ਨਸ਼ੇ ਚ ਤੁੱਤ ਬੇਸੁੱਧ ਹੋ ਗਈ ਥਾਂ ਦੀ ਥਾਂ ਬਿਨਾਂ ਰੋਟੀ ਟੁਕ ਖਾਦਿਆਂ ਹੀ ਸੌਂ ਗਏ ਸਨ ਤੇ ਮਿਲਣਾ ਗੇਲਣਾ ਵੀ ਆਪਣੇ ਆਪਣੇ ਨਿਆਣੇ ਨਿੱਕਿਆਂ ਨੂੰ ਥਾਪੜ ਦਿੰਦੇ ਨੇ ਗਿੱਧੇ ਚ ਨੱਚ-ਨੱਚ ਕੇ ਥੱਕੀਆਂ ਹੁਣ ਗੂੜੀ ਨੀਂਦ ਦੇ ਹੁਲਾਰੇ ਲੈ ਰਹੀਆਂ ਸਨ ਪਰ ਫੂਲਾਂ ਜਿਹੀ ਪੱਤੀ ਤੋਂ ਬਾਹਰ-ਬਾਰ ਬਣੀ ਇਸ ਚਾਰੇ ਚ ਕਈ ਦਰਾਨੀਆਂ ਜਠਾਣੀਆਂ ਚ ਘਿਰੀ ਬੈਠੀ ਰੁੱਲਦੂ ਨੂੰ ਡੇਕ ਰਹੀ ਸੀ ਉਸ ਚਾਰੇ ਚ ਜਿੱਤੇ ਵਿਆਹ ਤੋਂ ਪਹਿਲਾਂ ਵੀ ਮਾਨੀ ਮਾਨੋ ਕਈ ਫੇਰੇ ਮਾਰ ਚੁੱਕੀ ਸੀ ਚਲੋ ਨਹੀਂ ਹੁਣ ਤੁਸੀਂ ਇੱਥੋਂ ਕੀ ਡੋਕੇ ਲੈਣੇ ਨੇ ਹਿਲਦੀਆਂ ਕਿਉਂ ਨਹੀਂ ਫੁੱਲਾਂ ਦੀ ਵੱਡੀ ਜਿਠਾਣੀ ਬੰਤੀ ਫੁੱਲਾਂਵਾਲੇ ਜੁੜ ਕੇ ਬੈਠੀਆਂ ਕੁੜੀਆਂ ਨੂੰ ਝਿੜਕ ਕੇ ਚੁਬਾਰੇ ਤੋਂ ਬਾਹਰ ਕੱਢ ਰਹੀ ਸੀ ਪਰ ਰੁਲਦੂ ਦੀ ਸ਼ਰੀਕੇ 'ਚੋਂ ਲੱਗਦੀ ਭਾਬੀ ਚਿੰਤੋਂ ਨੇ ਖਾਸੇ ਰੋਗ ਜੇ ਨਾਲ ਬੰਤੀ ਦੀ ਗੱਲ ਦਾ ਉੱਤਰ ਦਿੰਦੇ ਆ ਕਿ ਨਹੀਂ ਅੜੀਏ ਚੱਲਦੇ ਆ ਸਾਨੂੰ ਵੀ ਪਤਾ ਹੈ ਵੀ ਅੱਜ ਤੇ ਨਾਲੇ ਤੇਰੇ ਲੱਗਦੇ ਉਸ ਲਾੜ ਲਈ ਦਿਓਰ ਨੂੰ ਧਾ ਲੈਣ ਦੇ ਕੱਲੀ ਨੂੰ ਕਿਵੇਂ ਛੱਡ ਜਾਈਏ ਨੇਰੇ 'ਚ ਤੇ ਜੇ ਕਿਤੇ ਕਿਸੇ ਹੋਰ ਨੇ ਹੱਥ ਮਾਰ ਲਿਆ ਤਾਂ ਉਹ ਰਹਿ ਜਾਊਗਾ ਸੌ ਐਵੇਂ ਚੰਤੂ ਦੀ ਗੱਲ ਸੁਣ ਕੇ ਇੱਕ ਵਾਰੀ ਤਾਂ ਸਾਰੀਆਂ ਖਿੜਖੜਾ ਕੇ ਹੱਸ ਪਈਆਂ ਸਨ ਫੂਲਾਂ ਵੀ ਬੁੱਲਾਂ ਹੀ ਬੁੱਲਾਂ ਚ ਦੱਬਮੀ ਜੀ ਹਾਸੇ ਹੱਸੇ ਫਿਰ ਉਹਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਸੀ ਨਹੀਂ ਐਵੇਂ ਕਿਵੇਂ ਮਾਰ ਲੂ ਕੋਈ ਹੱਥ ਢੀਸੀ ਇਹ ਆਣੀ ਤਾਂ ਨਹੀਂ ਬੜੀ ਗੁਣੀ ਐ ਪੈਂਤੀ ਉਠਾ ਲੈਂਦੀ ਐ ਕੈਦੇ ਚੋਂ ਤੇਰੇ ਅਰਗੇ ਬੌਲੀ ਤਾਂ ਨਹੀਂ ਜਿਹਨੂੰ ਇਹ ਵੀ ਪਤਾ ਨਾ ਚੱਲਿਆ ਵੀ ਅੰਦਰ ਰੂੜਾ ਆਇਆ ਸੀ ਕਿ ਛੱਜੂ ਜਾ ਨਹੀਂ ਜਾ 100 ਮਾਰਦੀਆਂ ਛੱਤਰ ਮੇਂ ਛੱਜੂ ਦੇ ਖੋਲ ਕੇ ਚਿੰਤੋ ਗੁੱਸੇ 'ਚ ਸੂਈ ਲਾਲ ਹੋ ਗਈ ਸੀ। ਅੱਜ ਮਾਰਦੀ ਐ, ਉਦੋਂ ਤਾਂ ਲੈ ਗਿਆ ਉਹ ਸਾਰਾ ਰਸ ਚੂਸ ਕੇ। ਬੰਤੀ ਦੀ ਗੱਲ ਸੁਣ ਕੇ ਚਿੰਤੋ ਤੁਰੰਦਰੋਂ ਗੁੱਸੇ 'ਚ ਮਚ ਉੱਠੀ ਸੀ। ਪਰ ਪੌੜੀਆਂ 'ਚ ਰੁਲਦੂ ਨੂੰ ਆਉਂਦਾ ਵੇਖ ਕੇ ਸਾਰੇ ਗੁੱਸੇ ਨੂੰ ਥਾਂ ਦੀ ਥਾਂ ਖੜੀ ਪੀ ਗਈ। ਰੁਲਦੂ ਦੇ ਚਬਾਰੇ 'ਚ ਆਉਂਦੀਆਂ ਹੀ ਸਭ ਫੁੱਲਾਂ ਦੇ ਦਵਾਲੇ ਉੱਠ ਖੜੀਆਂ ਹੋਈਆਂ ਤੇ ਜਦੋਂ ਰੁਲਦੂ ਪਲੰਘ ਤੇ ਬੈਠਣ ਲੱਗਿਆ ਤਾਂ ਚਬਾਰੇ ਤੋਂ ਬਾਹਰ ਨਿਕਲਦੀ ਬੰਤੀ ਨੇ ਉਹਦੇ ਕੋਲ ਨੂੰ ਹੁੰਦੀਆਂ ਰੁਲਦੂ ਦੀ ਲੱਤ ਤੇ ਦੱਬ ਕੇ ਚੁੰਡੀ ਵੱਡੀ ਤੇ ਮੋਜੇ ਚ ਤੜਕਦੀ ਬੋਲੀ ਵੇ ਇਹ ਵੀ ਕੋਈ ਵਖਤ ਆਉਣ ਦਾ ਸ਼ਰਮ ਤਾਂ ਨਹੀਂ ਆਉਂਦੀ ਮਾੜੀ ਮੋਟੀ ਪਲਾਜ ਵੀ ਪੀਣ ਦੀ ਲੋੜ ਸੀ ਤੈਨੂੰ ਸ਼ਰਮ ਤਾਂ ਤੁਹਾਨੂੰ ਨਹੀਂ ਆਉਂਦੀ ਜਿਹੜੀ ਅੱਧੀ ਰਾਤ ਤੋਂ ਕੇਦੇ ਦਵਾਲੇ ਚਟਾਲਾ ਬੰਨੀ ਬੈਠੀ ਆ ਹਜੇ ਤੱਕ ਅੱਛਾ ਅੱਛਾ ਐਮੀ ਕਮਲੀਆਂ ਹੀ ਨਾ ਮਾਰੀ ਜਾਈਂ ਛਰਾਬ ਦੇ ਨਸ਼ੇ ਚ ਕਿਤੇ ਲਾਲ ਟੈ ਨੀਮੀ ਵੀ ਕਰ ਲਈ ਤੇ ਫਿਰ ਬੰਤੀ ਖਤਰਾ ਜਿਹਾ ਹਾਸਾ ਹੱਸਦੀ ਕਾਲੇ ਪੈਰੀਂ ਬਾਹਰੋਂ ਬੂਆ ਭੇੜਦੀ ਰੁਲਦੂ ਦੇ ਚੁਬਾਰੇ ਤੋਂ ਉਤਰ ਆਈ ਸੀ ਫੂਲਾਂ ਦੇ ਦਿਲ ਦੀ ਧੜਕਣ ਹੁਣ ਰੇਲ ਦੇ ਇੰਜਣ ਵਾਂਗ ਤੇਜ਼ ਚੱਲਣ ਲੱਗ ਪਈ ਸੀ ਤੇ ਪਲੰਘ ਉੱਤੇ ਵਿੱਚ ਹੀ ਮੈਲੀ ਚਾਦਰ ਦੀ ਥਾਂ ਹੁਣ ਰੁਲ ਉਹ ਰੁਲਦੂ ਨਵੀਂ ਨਕੋਰ ਦਾ ਚਲਿਆਂ ਦੀ ਦਸੂਤੀ ਦੀ ਚਾਦਰ ਤੇ ਠੰਡੀ ਹਵਾ ਲਈ ਰੰਗ ਬਰੰਗੀਆਂ ਪੱਖੀਆਂ ਦਾ ਕਿਆਸ ਕਰ ਰਹੀ ਸੀ ਸ਼ਰਾਬ ਦੇ ਨਸ਼ੇ ਤੇ ਸ਼ਬਾਬ ਦੇ ਚਾਤ ਰੁਲਦੂ ਨੇ ਭਾਬੀਆਂ ਦੀ ਗਲੀ ਵਿੱਚ ਭਾਬੀਆਂ ਦੇ ਗਲੀ ਵਿੱਚ ਉਹਲੇ ਹੁੰਦਿਆਂ ਲਾਲ ਟੈਂ ਦੀ ਬੱਤੀ ਨਿਵੀਂ ਕਰਦੇ ਹੁਣ ਪਿੰਡ ਦੀ ਪੱਤੀ ਵਿੱਚੋਂ ਨਾਨਕ ਚੌਕੀਦਾਰ ਦੀ ਆਵਾਜ਼ ਦੇ ਤਿੱਖੇ ਬੋਲ ਰੁਲਦੂ ਦੇ ਕੰਨਾਂ ਨਾਲ ਟਕਰਾਏ ਖਬਰਦਾਰ ਹੋਸ਼ਿਆਰ ਤੇ ਇਹਦੇ ਨਾਲ ਚਾਂਦ ਚੱਕੀ ਦੱਬੇ ਪੱਬੀ ਪੌੜੀਆਂ ਚੜਦੇ ਪੈਰਾਂ ਦੀ ਆਹਟ ਨੇ ਫੁੱਲਾਂ ਦਾ ਕਲੇਜਾ ਕੱਢ ਲਿਆ ਉਹ ਸਹਿਮ ਦੀ ਮਾਰੀ ਭੱਜ ਕੇ ਰੁਲਦੂ ਦੀ ਹਿੱਕ ਨਾਲ ਜਾ ਚਿੰਬੜੀ ਐਨੇ ਚ ਬਾਹਰੋਂ ਆਉਣ ਵਾਲੇ ਨੇ ਇੱਕ ਇੱਕੋ ਧੱਕੇ ਨਾਲ ਚਵਾਰੇ ਦਾ ਬੂਹਾ ਚਪਟ ਖੋਲ ਦਿੱਤਾ ਕੰਬ ਦੇ ਹੱਥੀਂ ਰੁਲਦੂ ਨੇ ਲਾਲਟਨ ਦੀ ਬੱਤੀ ਤਾਂ ਕੀਤੀ ਰੋਸ਼ਨੀ ਹੁੰਦੀ ਜਿਵੇਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸਰਦਾਰ ਰੁਲਦੁਆ ਸ਼ਬਾਬ ਦੇ ਸੀਰ ਵਿੱਚ ਵੀ ਪਹਿਲਾ ਮੈਂ ਨਸ਼ੇ ਚੰਨੇ ਹੋਏ ਸ਼ੇਰੂ ਨੇ ਅੰਦਰ ਵੜਦਿਆਂ ਹੀ ਲਾਲਟੈਂ ਦੀ ਚਿਮਨੀ ਚੂਰ-ਚੂਰ ਕਰ ਸੁੱਟੇ ਤੇ ਰੁਲਦੁ ਨੂੰ ਜ਼ੋਰ ਦੀ ਇੱਕ ੱਟਕੇ ਨਾਲ ਪਰਾਂ ਸੁੱਟਦਿਆਂ ਉਹਨੇ ਆਪਣੀ ਦੁਨਾਲੀ ਛੋਠਾ ਠਾ 2 ਫਾਇਰ ਕੀਤੇ ਫਿਰ ਬਾਹਰ ਛੱਤ ਨੂੰ ਸੁੰਘਦੇ ਆਪਣੇ ਦੋ ਸ਼ਿਕਾਰੀ ਕੁੱਤਿਆਂ ਸਮੇਤ ਹਵੇਲੀ ਨੂੰ ਮੁੜ ਗਿਆ ਪਿੱਛੋਂ ਕਾਇਲ ਹਿਰਨੀ ਵਾਂਗ ਤੜਪਦੀ ਫੂਲਾਂ ਚੁਬਾਰੀ ਦੇ ਇੱਕ ਖੁੰਝੇ ਲੱਗੇ ਰੁਲਦੂ ਨੂੰ ਰੋਸ ਭਰੀਆਂ ਨਜ਼ਰਾਂ ਨਾਲ ਦੇਖਦੀ ਭੁੱਬੀ ਰੋਂਦੀ ਸੋਚਦੀ ਰਹੀ ਕਿ ਮੁਕਲਾਵੇ ਉਹ ਮੁਰਦੇ ਫੇਰੀ ਉਹ ਆਪਣੇ ਪਿੰਡ ਜਾ ਕੇ ਆਪਣੀਆਂ ਸਖੀਆਂ ਸਹੇਲੀਆਂ ਨੂੰ ਮੁਕਲਾਵੇ ਵਾਲੀ ਰਾਤ ਦੀ ਕਿਹੜੀ ਗੱਲ ਦੱਸੇਗੀ ਤੇ ਕਿਹੜੀ ਨਹੀਂ ਧੰਨਵਾਦ